ਸਤਿ ਸ੍ਰੀ ਅਕਾਲ ਅਦਾਬ ਨਮਸਤੇ ਤੇ ਗੁੱਡ ਆਫਟਰਨੂਨ ਮੈਂ ਆ ਤੁਹਾਡਾ ਹੋਸਟ ਤੇ ਦੋਸਤ ਨਿਕ ਬਾਠ ਫਿਲਾਡੈਲਫੀਆ ਪੈਨਸੋਲੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਸ ਪਰਿਵਾਰ ਦੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਵਾ ਤੁਹਾਡਾ ਕੋਈ ਵੀ ਬਿਜ਼ਨਸ ਹੈ ਕੋਈ ਕਾਰੋਬਾਰ ਹੈ ਕੋਈ ਈਵੈਂਟ ਹੈਗਾ ਵਾ ਕਿਸੇ ਵੀ ਤਰੀਕੇ ਦੀ ਤੁਹਾਡੇ ਅੰਦਰ ਮਹਾਰਤ ਹੈਗੀ ਆ ਕੋਈ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਮਹਿਮਾਨ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਰ ਸਕਦੇ ਹੋ ਥੱਲੇ ਲਿਖੇ ਨੰਬਰ ਦੇ ਉੱਪਰ ਤੇ ਹਰ ਹਫਤੇ ਮੰਗਲਵਾਰ ਨੂੰ ਅਸੀਂ ਤੁਹਾਡੇ ਲਈ ਇੱਕ ਐਂਟਰਟੇਨਮੈਂਟ ਦਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਦਿਲ ਦੀਆਂ ਗੱਲਾਂ ਦੇ ਵਿੱਚ ਜਿਸ ਦੇ ਵਿੱਚ ਵੱਖਰੇ ਵੱਖਰੇ ਫਨਕਾਰ ਹੁੰਦੇ ਨੇ ਗਾਇਕ ਹੁੰਦੇ ਨੇ ਮਿਊਜ਼ੀਸ਼ੀਅਨ ਹੁੰਦੇ ਨੇ ਐਕਟਰ ਹੁੰਦੇ ਨੇ ਹੋਰ ਵੀ ਕਈ ਚੀਜ਼ਾਂ ਦੇ ਨਾਲ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹਾਂ ਅਤੇ ਜਿੱਥੇ ਆਪਾਂ ਇਸ ਮੁਲਕਾਂ ਦੇ ਵਿੱਚ ਕੰਮਾਂ ਕਾਜਾਂ ਦੇ ਵਿੱਚ ਹੋਰ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਮਸਰੂਫ ਹਾਂ ਤਾਂ ਉਸ ਦੇ ਵਿੱਚ ਕੋਸ਼ਿਸ਼ ਹੁੰਦੀ ਆ ਸਾਡੀ ਕਿ ਇੱਕ ਘੰਟਾ ਤੁਹਾਨੂੰ ਐਂਟਰਟੇਨ ਕਰੀਏ ਤੁਹਾਨੂੰ ਜਿੰਨੇ ਵੀ ਖਾਸ ਕਰਕੇ ਇਸ ਟਾਈਮ ਜਿੱਦਾਂ ਪੈਂਡੈਮਿਕ ਦੇ ਮਾਹੌਲ ਦੇ ਵਿੱਚ ਆ ਸਕੂਲ ਕਲੋਥਿੰਗ ਕਈ ਕੁਛ ਹੈਗਾ ਆ ਉਸ ਦੇ ਵਿੱਚ ਜਿਹੜੇ ਦੇਖ ਸਕਦੇ ਆ ਜ਼ਰੂਰੀ ਨਹੀਂ ਆ ਘਰੋਂ ਹੀ ਦੇਖਦੇ ਆ ਬਿਜ਼ਨਸ ਦੇ ਉੱਪਰ ਵੀ ਟੀਵੀ ਲੱਗੇ ਨੇ ਅੱਜ ਕੱਲ੍ਹ ਆਫਿਸਿਸ ਦੇ ਵਿੱਚ ਵੀ ਟੀਵੀ ਲੱਗੇ ਨੇ ਅੱਜ ਕੱਲ੍ਹ ਹਰ ਜਗ੍ਹਾ ਤੇ ਲੱਗੇ ਨੇ ਤੇ ਉਹ ਸਾਨੂੰ ਦੇਖਦੇ ਨੇ ਸਾਨੂੰ ਕਾਲਾਂ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਇੱਕ ਘੰਟਾ ਜਿਹੜਾ ਹੈਗਾ ਵਾ ਅਸੀਂ ਤੁਹਾਨੂੰ ਜਿਹੜੀਆਂ ਤੁਹਾਡੀਆਂ ਜਿਹੜੀ ਬਿਜ਼ੀ ਲਾਈਫ ਹੈਗੀ ਆ ਜਾਂ ਜਿੱਥੇ ਕਿਤੇ ਆਪਾਂ ਅੱਜ ਕੱਲ੍ਹ ਜਿੱਦਾਂ ਸਟ੍ਰੈਸ ਹੈ ਬਹੁਤ ਕੁਛ ਹੁੰਦਾ ਆ ਬਿਜ਼ਨਸਿਸ 'ਚੋਂ ਬਾਹਰ ਕੱਢ ਕੇ ਤੁਹਾਨੂੰ ਐਂਟਰਟੇਨ ਕਰੀਏ ਇੱਕ ਘੰਟੇ ਵਾਸਤੇ ਅਤੇ ਉਸ ਦੇ ਨਾਲ ਦੇਖਦੇ ਹੀ ਜਿਹੜੇ ਸਾਡੇ ਮਹਿਮਾਨ ਹੁੰਦੇ ਨੇ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹੁੰਦੇ ਹਾਂ ਕਿਉਂਕਿ ਹਰ ਇੱਕ ਕਲਾਕਾਰ ਦੇ ਪਿੱਛੇ ਬਹੁਤ ਵੱਡੀ ਲੰਬੀ ਸਟਰਗਲ ਹੁੰਦੀ ਹੈ ਬਹੁਤ ਲੰਬੀ ਮਿਹਨਤ ਹੁੰਦੀ ਹੈ ਬਹੁਤ ਲੋਕ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸੋ ਅੱਜ ਦੇ ਜਿਸ ਤਰ੍ਹਾਂ ਕਲਾ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਇਹ ਜਿਹੜਾ ਐਂਟਰਟੇਨਮੈਂਟ ਦਾ ਗੁਲਦਸਤਾ ਹੈਗਾ ਵਾ ਉਸ ਦੇ ਵਿੱਚ ਜਿਹੜਾ ਅੱਜ ਫੁੱਲ ਲਾ ਰਹੇ ਹਾਂ ਉਹ ਸਾਡੇ ਲੋਕਲ ਨਿਊਯਾਰਕ ਤੋਂ ਹੀ ਸਾਡੇ ਗੈਸਟ ਨੇ ਤੁਸੀਂ ਉਹਨਾਂ ਦੀਆਂ ਟਿਕਟੋਕ 'ਤੇ ਯੂਟਿਊਬ 'ਤੇ ਤਾਂ ਈਵਨ ਉਹਨਾਂ ਦੀਆਂ ਆਪਾਂ ਰੈਗੂਲਰ ਟੀ ਵੀ 'ਤੇ ਸਿੰਗਲਸ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਗੀਤ ਸੁਣੇ ਨੇ ਜਦੋਂ ਤੁਹਾਡੇ ਰੂਬਰੂ ਕਰਾਵਾਂਗਾ ਤਾਂ ਤੁਸੀਂ ਸਰਪ੍ਰਾਈਜ਼ ਹੋ ਗਏ ਕਿ ਇੱਕ ਵੱਖਰੀ ਆਵਾਜ਼ ਹੈ ਉਹਨਾਂ ਦੀ ਇੱਕ ਵੱਖਰਾ ਅੰਦਾਜ਼ ਹੈ ਉਹਨਾਂ ਦਾ ਸੋ ਮੈਂ ਸਵਾਗਤ ਕਰਦਾ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿੰਦਾ ਮੁਲਤਾਨੀ ਹੁਣਾਂ ਦਾ ਸ਼ਿੰਦਾ ਮੁਲਤਾਨੀ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗੱਲਾਂ ਦੇ ਵਿੱਚ ਜਸਪੁਰ ਦਾ ਹਾਂਜੀ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਜਸ ਪੰਜਾਬੀ ਚੈਨਲ ਟੀਵੀ ਦਾ ਅਤੇ ਸਾਰੀ ਟੀਮ ਦਾ ਸਾਰੇ ਸਰੋਤਿਆਂ ਦਾ ਅਤੇ ਸਾਰੇ ਚੋਣ ਵਾਲਿਆਂ ਦਾ ਅਤੇ ਇਸ ਦੇ ਨਾਲ ਹੀ ਮੈਂ ਜਸ ਪੰਜਾਬੀ ਦੀ 14ਵੀਂ ਵਰ੍ਹੇਗੰਢ 'ਤੇ ਸਾਰੀ ਟੀਮ ਨੂੰ ਅਤੇ ਉਹਨਾਂ ਦੇ ਚੋਣ ਵਾਲਿਆਂ ਨੂੰ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਇਸ ਚੈਨਲ ਨੂੰ ਪਸੰਦ ਕਰਦੇ ਨੇ ਅਤੇ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਮੇਰਾ ਵੀਰ ਦੀਪਕ ਧਮਾਨ ਬੈਨੀ ਸੰਧੂ ਜੀ ਐਂਡ ਖਾਸ ਕਰ ਤੁਸੀਂ ਨਿਕ ਬਾਠ ਜੀ ਜੋ ਮੇਰੇ ਇੰਟਰਵਿਊ ਕਰਦੇ ਹੋ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ 'ਚ ਜੀ ਸਰ ਥੈਂਕ ਯੂ ਵੈਰੀ ਮੱਚ ਦਿਲ ਦੀਆਂ ਗੱਲਾਂ ਅੱਜ ਹੋਣਗੀਆਂ ਤੁਹਾਡੇ ਦਿਲ ਦੀਆਂ ਗੱਲਾਂ ਹੋਣਗੀਆਂ ਅਤੇ ਜੇ ਦਰਸ਼ਕ ਜਿਹੜੇ ਸਰੋਤੇ ਨੇ ਜਿਹੜੇ ਫੈਨ ਨੇ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਅਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ਿੰਦਾ ਮੁਲਤਾਨੀ ਜੀ ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਆਉਂਦੇ ਹਾਂ ਇੱਥੇ ਕੰਮ ਕਰਦੇ ਹਾਂ ਅਤੇ ਉਸ ਦੇ ਵਿੱਚ ਜਿਸ ਤਰ੍ਹਾਂ ਆਪਣੀ ਕੋਈ ਰੁਚੀ ਹੁੰਦੀ ਆ ਜਿਸ ਤਰ੍ਹਾਂ ਤੁਹਾਨੂੰ ਗਾਇਕੀ ਦਾ ਸ਼ੌਂਕ ਹੈਗਾ ਲਿਖਣ ਦਾ ਸ਼ੌਂਕ ਹੈਗਾ ਵਾ ਅਤੇ ਇੱਕ ਮੈਸੇਜ ਹੁੰਦਾ ਤੁਹਾਡੇ ਹਰ ਇੱਕ ਗੀਤ ਦੇ ਵਿੱਚ ਅਸੀਂ ਨੋਟਿਸ ਕੀਤਾ ਆ ਅਤੇ ਉਹ ਭਾਵੇਂ ਰੋਟੀ ਦੀ ਗੱਲ ਹੋਵੇ ਉਹ ਭਾਵੇਂ ਮਿਹਨਤ ਦੀ ਗੱਲ ਹੋਵੇ ਉਹ ਭਾਵੇਂ ਸੌਣ ਦੀ ਗੱਲ ਹੋਵੇ ਉਹ ਭਾਵੇਂ ਉੱਠਣ ਦੀ ਗੱਲ ਹੋਵੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਦਰਸ਼ਕਾਂ ਦੇ ਨਾਲ ਕਰਾਂਗੇ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਅਤੇ ਪਰ ਉਸ ਤੋਂ ਪਹਿਲਾਂ ਜ਼ਰੂਰ ਆਪਾਂ ਦਰਸ਼ਕਾਂ ਨੂੰ ਜਾਣੂ ਕਰਾਵਾਂਗੇ ਕਿ ਸ਼ਿੰਦਾ ਮੁਲਤਾਨੀ ਦੀ ਬੈਕਗਰਾਉਂਡ ਕੀ ਆ ਇੰਡੀਆ ਤੋਂ ਕਿੱਥੋਂ ਆਉਂਦੇ ਆ ਕਦੋਂ ਆਉਂਦੇ ਆ ਅਮੈਰੀਕਾ 'ਚ ਕਿੱਥੇ ਆਉਂਦੇ ਆ ਅਤੇ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਸਫ਼ਰ ਕੀ ਹੈ ਹਾਂਜੀ ਬੈਕਗਰਾਉਂਡ ਜੀ ਬਿਲਕੁਲ ਮੈਂ ਇੰਡੀਆ ਪੰਜਾਬ ਤੋਂ ਹਾਂ ਜੀ ਆਪਣਾ ਪਿੰਡ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਜੀ ਮੇਰੀ ਵਾਈਫ ਸੰਦੀਪ ਕੌਰ ਦੋ ਬੱਚੇ ਨੇ ਇੱਕ ਮੇਰਾ ਵੱਡਾ ਵੀ ਮੇਰੀ ਇੱਕ ਭੈਣ ਹੈ ਜੀ ਅਮੈਰੀਕਾ ਵਿੱਚ ਮੈਂ 2014 ਵਿੱਚ ਆਇਆ ਸੀਗਾ ਜੀ ਅਤੇ ਬਸ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਆਪਾਂ ਸੈਟਿੰਗ ਕਰ ਰਹੇ ਹਾਂ ਅਮੈਰੀਕਾ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਜੀ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਅਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਨਾਂ ਨਾਲ ਕੋਈ ਵੀ ਸਥਾਈ ਅੰਤਰਾ
जो ताड़े को होवे जिहड़ा उस वाहेगुरु का शुक्र मनाइए ते जिहड़ी दा साडी 24वीं वरहगंढ हैगी आ तां उस दे उपर उस वाहेगुरु दा नां लैके शुरू करिए अज दा प्रोग्राम। हांजी बिल्कुल जी, मेरा एक सोशल मीडिया ते गाना काफी लोकां ने सुनिया जी, रब कलाकार। सो रब भी बहुत वड्डा कलाकार है जो रंग नूं राजा बना दिंदा है ते राजे नूं रंग। सो ओहदी उस्तत विच मैं एक चंद बोल मैं लिखे सन परमात्मा दे, आप दी नजर कर लग्या, उम्मीद आप जी पसंद करोगे। जंगल पर्वत पहाड़ समुंदर रच दिते जंगल पर्वत पहाड़ समुंदर रच दिते ते रंग पलक झलक विच रच दिता संसार दा। ओ लोक दीवाने दुनिया दे कलाकारां दे, मैं दीवाना उस रब कलाकार दा, मैं दीवाना उस रब कलाकार दा, मैं दीवाना उस रब कलाकार दा। ओ चावे ता राजे नू भीख मंगाउंदा ए, ओ चावे ता मंगते नू तख्त बठाउंदा ए, ओ चावे ता मंगते नू तख्त बठाउंदा ए। पत्थरां दे विच कीड़ियां नू रिज़क पचाउंदा ए, भेद नी पाया जांदा ओ करतार दा। लोक दीवाने दुनिया दे कलाकारां दे, मैं दीवाना उस रब कलाकार दा, मैं दीवाना उस रब कलाकार दा, सच्ची सरकार दा। ए सी जी गाना जी जी ओ वाहेगुरु दी उस्तत आ, उन्हां दी बख्शिश आ कि इन्नी खूबसूरत तुहाडी आवाज़, वखरा अंदाज ते एक रूह नूं छू लैण वाला गीत जिहड़ा तुसीं उस वाहिगुरु दे नां दे उपर साडे दर्शकां लई पेश कीता। आपां देखदे हां बहुत वखरे वखरे अंदाज हुंदे ने, वखरे वखरे तुहाडा डफरी वाला अंदाज जिहड़ा आ असीं सोशल मीडिया ते देखिया सीगा, ते हांजी काफ़ी तुहाडियां उस तों बाद तुहाडियां होर वी गीत वी आए ने, ते बस लभदिआं लभदिआं लभ लिया तुहानूं ते तुसीं सानूं लभ लिया, ते अज दिल दीआं गल्लां हो रहीआं ने। ਬਿਲਕੁਲ ਜੀ, ਮੈਂ ਹਾਂਜੀ ਨਿਕ ਬਾਰ ਜੀ, ਸੋਰੀ ਮੈਂ ਵਿੱਚ ਤੁਹਾਨੂੰ ਟੁੱਕ ਲੱਗਾ ਜੀ। ਮੈਨੂੰ ਤੁਹਾਡੇ ਨਾਲ ਇੰਟਰਵਿਊ ਕਰਨ ਦਾ, ਮੁਲਾਕਾਤ ਕਰਨ ਦਾ ਬਹੁਤ ਮਜ਼ਾ ਆ ਰਿਹਾ ਜੀ, ਕਿਉਂਕਿ ਤੁਸੀਂ ਬੜੇ ਆਪਣੇ ਇੱਕ ਸਿੰਪਲ ਦੇ ਅੰਦਾਜ਼ੇ ਨਾਲ ਮੈਨੂੰ ਪੁੱਛ ਰਹੇ ਹੋ, ਅਤੇ ਮੈਂ ਵੀ ਸਿੰਪਲ ਦਾ ਬੰਦਾ ਜੀ, ਮੈਂ ਵੀ ਸਿੰਪਲ ਦੇ ਅੰਦਾਜ਼ੇ ਦੇ ਵਿੱਚ ਤੁਹਾਨੂੰ ਗੱਲ ਕਰ ਰਿਹਾ, ਮੈਨੂੰ ਕੋਈ ਬਹੁਤਾ ਪਤਾ ਨਹੀਂ। ਉਹ ਵਾਹਿਗੁਰੂ ਕਰਨ ਕਰਾਉਣ ਲਾ ਸੱਚੇ ਪਾਤਸ਼ਾਹ, ਤੁਹਾਡਾ ਬਹੁਤ ਧੰਨਵਾਦ ਜੀ। ਜੀ ਆਪਾਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ, ਜਿੱਥੇ ਆਪਾਂ ਪਿਛੋਕੜ ਦੀ ਗੱਲ ਕੀਤੀ, ਪਿੰਡ ਬੇਗੋਵਾਲ ਕਪੂਰਥਲਾ ਜ਼ਿਲ੍ਹਾ, ਉੱਥੋਂ ਆਏ ਤੁਸੀਂ 2014 ਦੇ ਵਿੱਚ, ਤਾਂ ਉੱਥੋਂ ਆ ਕੇ ਹੁਣ ਇਸ ਟਾਈਮ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਕਿਹੜੀ ਜਗ੍ਹਾ ਤੁਹਾਡੀ ਰਿਹਾਇਸ਼ ਹੈਗੀ ਹੈ। ਹਾਂਜੀ ਇਸ ਟਾਈਮ ਜੀ ਮੈਂ ਨਿਊਯਾਰਕ ਐਲਬਨੀ ਇੱਥੇ ਰਹਿ ਰਿਹਾ ਜੀ, ਟਰੋਏ ਦੇ ਵਿੱਚ। ਸੋ ਇੱਥੇ ਮੈਂ ਆਪਣੀ ਸੈਟਿੰਗ ਕੀਤੀ ਹੋਈ ਹੈ, ਇੱਥੇ ਮੈਂ ਆਪਣਾ ਇੱਕ ਗੈਸ ਸਟੇਸ਼ਨ ਲਿੱਤਾ, ਉੱਥੇ ਮੈਂ ਵਰਕ ਕਰ ਰਿਹਾ ਜੀ। ਜੀ ਜੀ ਬਹੁਤ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਜਿੱਥੇ ਆਪਾਂ ਇੱਥੇ ਕੰਮਾਂ ਕਾਜਾਂ ਦੇ ਵਿੱਚ ਹੈਗੇ ਹਾਂ, ਅਤੇ ਜਿੱਥੇ ਆਪਣੇ ਜਿਹੜੇ ਸ਼ੌਂਕ ਹੁੰਦੇ ਨੇ, ਸ਼ੌਂਕ ਦੇ ਨਾਲ ਜਿੱਥੇ ਸ਼ੌਂਕ ਇੱਕ ਵੱਖਰੀ ਚੀਜ਼ ਹੈਗੀ ਆ, ਉਹਨੂੰ ਕਮਰਸ਼ੀਅਲ ਕਰਨਾ ਵੱਖਰੀ ਚੀਜ਼ ਹੈਗੀ ਆ, ਬਟ ਉਸ ਦੇ ਵਿੱਚ ਜਦੋਂ ਆਪਾਂ ਕੋਈ ਮੈਸੇਜ ਦਿੰਦੇ ਹਾਂ, ਮੈਸੇਜ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਜਦੋਂ ਆਪਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ, ਤਾਂ ਉਹ ਜਿਹੜਾ ਆਪਣਾ ਸ਼ੌਂਕ ਹੁੰਦਾ ਆ, ਜਾਂ ਉਹਨੂੰ ਆਪਾਂ ਭਾਵੇਂ ਪ੍ਰੋਫੈਸ਼ਨਲੀ ਵੀ ਲੈ ਲਈਏ, ਤਾਂ ਉਹਨੂੰ ਫਿਰ ਚਾਰ ਚੰਨ ਲੱਗ ਜਾਂਦੇ ਆ, ਵਾਹਿਗੁਰੂ ਦਾ ਆਸ਼ੀਰਵਾਦ ਮਿਲ ਜਾਂਦਾ ਉਹਨੂੰ। ਤੇ ਹੁਣ ਕਿਹੜਾ ਗੀਤ ਸੁਣਾਉਣਾ ਚਾਹੋਗੇ ਜੀ? ਹਾਂਜੀ ਗੀਤ ਮੇਰੇ ਕੋਲ ਬਾਹਰ ਸਾਹਿਬ ਕਈ ਗੀਤ, ਦੱਸੋ ਕਿਹੜਾ ਗੀਤ ਤੁਸੀਂ ਸੁਣਨਾ ਚਾਹੋਗੇ? ਦੇਸਾਂ ਪ੍ਰਦੇਸਾਂ ਵਾਲਾ ਮੇਰੇ ਕਈ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੈਗੇ ਨੇ, ਖਾਲਸਾ ਐਡ 'ਤੇ ਗੀਤ ਆ, ਦੇਸਾਂ ਪ੍ਰਦੇਸਾਂ 'ਤੇ ਗੀਤ ਆ, ਕਿਸਾਨਾਂ ਦੀ ਜਿਹੜੇ ਆਪਣਾ ਆਪਣੇ ਦਿੱਲੀ ਵਿੱਚ ਮੋਰਚਾ ਲਾਇਆ ਜੀ, ਦੁਆ ਕਰਦੇ ਹਾਂ ਪਰਮਾਤਮਾ ਕਿ ਉਹ ਫਤਿਹ ਹੋਵੇ। ਚਲੋ ਉਹ ਆਪਾਂ ਅਗਲੇ ਅਗਲੇ ਸੈਗਮੈਂਟ ਵਿੱਚ ਉਹ ਸਾਰੇ ਗੀਤ ਸੁਣਾਂਗੇ, ਪਰ ਤੁਹਾਡੇ ਕੋਲੋਂ ਅਸੀਂ ਛੱਲਾ ਜ਼ਰੂਰ ਸੁਣਨਾ ਚਾਹਾਂਗੇ। ਓਹੋ ਕੀ ਬਾਤ ਹੈ, ਛੱਲਾ ਜੀ, ਛੱਲਾ ਮੈਂ ਅਕਸਰ ਕਾਲਜ ਵਿੱਚ ਗਾਉਂਦਾ ਹੁੰਦਾ ਸੀ, ਅਤੇ ਫੋਕ ਸੌਂਗ ਸਟੇਜ 'ਤੇ ਮੈਨੂੰ ਕਾਲਜ ਦੇ ਜਿੰਨੇ ਵੀ ਸਾਰਾ ਸਟਾਫ ਸਾਰੇ ਸਟੂਡੈਂਟ ਬਹੁਤ ਪਿਆਰ ਕਰਦੇ ਸੀ। ਮੈਂ ਦੋ ਬੋਲ ਆਪਦੇ ਨਾਲ ਸੁਣਾ ਲੱਗਾ ਜੀ, ਗੁਰੂ ਫਰਮਾਉਣਾ ਜਾਂ ਬੋਨੀ ਕੋਈ ਮੋੜ ਲਿਆ ਮੇਰੇ ਨਾਲ ਗਿਆ ਵੱਜ ਲੜਕੇ
ਸੋਹਣਾ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ ਅੱਲਾ ਤੇਰੀ ਉਹ ਪੂਰੇ ਹੋਏ ਵਤਨ ਮਾਹੀ ਦਾ ਉਹ ਦੂਰੇ ਵੇ ਜਾਣਾ ਪਹਿਲੇ ਉਹ ਪੂਰੇ ਵੇ ਗੱਲ ਸੁਣ ਛੱਲਿਆ ਉਹ ਛੋਰਾ ਵੇ ਕਾਂਦਾ ਲਾਇਆ ਛੋਰਾ ਕਾਫੀ ਕਲਾਕਾਰਾਂ ਦੀ ਜ਼ੁਬਾਨੀ ਸੁਣਿਆ ਆ ਤੇ ਇੱਕ ਤੁਹਾਡਾ ਜਿਹੜਾ ਅੰਦਾਜ਼ ਆ ਉਹ ਵੱਖਰਾ ਆ ਤੇ ਛੱਲੇ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਛੱਲੇ ਦੇ ਨਾਲ ਖਾਸ ਕਰਕੇ ਆਪਣੇ ਮੁਲਕਾਂ ਦੇ ਵਿੱਚ ਛੱਲੇ ਦੇ ਨਾਲ ਸ਼ੁਰੂਆਤ ਹੁੰਦੀ ਆ ਜਵਾਨੀ ਦੀ ਤੇ ਇਹ ਜਿਹੜਾ ਛੱਲਾ ਆ ਇਹ ਛੱਲਾ ਜਿਹੜਾ ਵਾ ਇਹ ਇਹਦੇ ਪਿੱਛੇ ਵੀ ਲੰਬੀ ਕਹਾਣੀ ਆ ਉਹ ਆਪਾਂ ਬ੍ਰੇਕ ਤੋਂ ਬਾਅਦ ਦੱਸਾਂਗੇ ਦਰਸ਼ਕਾਂ ਨੂੰ ਜ਼ਰੂਰ ਵੀ ਛੱਲਾ ਹੈ ਕੀ ਸੀਗਾ ਸੋ ਦਰਸ਼ਕੋ ਜਾਇਓ ਕਿਸੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅੱਜ ਦੇ ਸਾਡੇ ਮਹਿਮਾਨ ਨਾਲ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਅਸੀਂ ਜੁੜੇ ਹਾਂ ਅੱਜ ਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਜਿਸ ਤਰ੍ਹਾਂ ਹਰ ਮੰਗਲਵਾਰ ਨੂੰ ਅਸੀਂ ਤੁਹਾਡੇ ਲਈ ਐਂਟਰਟੇਨਮੈਂਟ ਲੈ ਕੇ ਆਉਂਦੇ ਹਾਂ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਇਸ ਪ੍ਰੋਗਰਾਮ ਦਾ ਹੋਰ ਵੀ ਕਿਸੇ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਤੇ ਥੱਲੇ ਲਿਖੇ ਨੰਬਰ ਦੇ ਉੱਪਰ ਜੇ ਤੁਸੀਂ ਲਾਈਵ ਚੱਲ ਰਹੇ ਸ਼ੋਅ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਤੁਹਾਡਾ ਮੈਸੇਜ ਹੈਗਾ ਪਹੁੰਚਾਉਣਾ ਚਾਹੁੰਦੇ ਹੋ ਪੂਰੀ ਦੁਨੀਆ ਤੱਕ ਤੇ ਜ਼ਰੂਰ ਸਾਨੂੰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਸੋ ਸਾਡੇ ਨਾਲ ਅੱਜ ਦੇ ਸਾਡੇ ਮਹਿਮਾਨ ਨੇ ਸਿੱਧਾ ਮੁਲਤਾਨੀ ਜੀ ਇੱਕ ਵੱਖਰਾ ਅੰਦਾਜ਼ ਹੈ ਡਫਲੀ ਦੇ ਨਾਲ ਗਾਉਂਦੇ ਨੇ ਡਫਲੀ ਵਾਲੇ ਨੇ ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਹਾਂਜੀ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਜਸ ਪੰਜਾਬੀ ਚੈਨਲ ਟੀਵੀ ਦਾ ਤੇ ਸਾਰੇ ਆਪਣੇ ਵੀਰਾਂ ਦਾ ਜੀ ਮੁਲਤਾਨੀ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ 2014 ਦੇ ਵਿੱਚ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਆਉਂਦੇ ਹੋ ਉਸ ਤੋਂ ਬਾਅਦ ਚਲੋ ਫੈਮਿਲੀ ਨਿਊਯਾਰਕ ਦੇ ਵਿੱਚ ਤੁਸੀਂ ਸਟੈਬਲਿਸ਼ ਹੋ ਇਸ ਟਾਈਮ ਅਤੇ ਜਿੱਥੇ ਕੰਮਾਂ ਕਾਜਾਂ ਦੇ ਵਿੱਚ ਆਪਾਂ ਕਿਉਂਕਿ ਆਹ ਜਿਹੜਾ ਪ੍ਰੋਗਰਾਮ ਹੈਗਾ ਵਾ ਇਹ ਪੂਰੇ ਦੁਨੀਆ ਦੇ ਉੱਪਰ ਵੱਖਰੇ ਵੱਖਰੇ ਕੰਟਰੀਜ਼ ਦੇ ਵਿੱਚ ਅਤੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਕੈਨੇਡਾ ਅਮੈਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ UAE UK ਇੰਡੀਆ ਪਾਕਿਸਤਾਨ ਹਰ ਜਗ੍ਹਾ ਦੇ ਉੱਪਰ ਚੱਲਦਾ ਆ ਜੇ ਕਈਆਂ ਦਾ ਅਤੇ ਕਈ ਥਾਵਾਂ ਦੇ ਉੱਪਰ ਚੈਨਲ ਜੇ ਕਈ ਕਹਿ ਦਿੰਦੇ ਨੇ ਕਿ TV ਦੇ ਉੱਪਰ ਸਾਡੇ ਉਹ ਆਹ ਵਾਲਾ ਨੈਟਵਰਕ ਨਹੀਂ ਹੁੰਦਾ ਤਾਂ ਤੁਸੀਂ ਜ਼ਰੂਰ YouTube ਦੇ ਉੱਪਰ ਅਤੇ Facebook ਦੇ ਉੱਪਰ ਸਬਸਕ੍ਰਾਈਬ ਕਰ ਸਕਦੇ ਹੋ ਜਸ ਪੰਜਾਬੀ ਨੂੰ ਤਾਂ ਉਸਦੇ ਵਿੱਚ ਜਿੰਨੇ ਵੀ ਸਾਡੇ ਮੋਸਟਲੀ ਸ਼ੋਅ ਹੁੰਦੇ ਨੇ ਤੁਸੀਂ ਅਗਲੇ ਦਿਨ ਜਾਂ ਸੇਮ ਡੇ ਕਈ ਸ਼ੋਅ ਹੈਗੇ ਨੇ ਉਸਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਅਤੇ ਉੱਥੇ ਸਬਸਕ੍ਰਾਈਬ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਸਭ ਤੋਂ ਈਜ਼ੀ ਮਾਧਿਅਮ ਹੈਗਾ ਵਾ ਸਲਿੰਗ ਦਾ ਸਲਿੰਗ ਦੇ ਉੱਪਰ ਤੁਸੀਂ ਪੰਜਾਬੀ ਹਿੰਦੀ ਲੈ ਲਓ ਪ੍ਰੋਗਰਾਮ ਅਤੇ ਉਹਦੇ ਉਹਦੇ ਉੱਪਰ ਤੁਸੀਂ ਦੁਨੀਆ 'ਤੇ ਕਿਤੇ ਵੀ ਬੈਠੇ ਭਾਵੇਂ ਤੁਸੀਂ ਟਰੈਵਲ ਕਰ ਰਹੇ ਹੋ ਫੋਨ ਦੇ ਉੱਪਰ ਤੁਸੀਂ ਲਾਈਵ ਸਾਡੇ ਸ਼ੋਅ ਦੇਖ ਸਕਦੇ ਹੋ ਅਤੇ ਜਿੱਥੇ ਵੀ ਤੁਸੀਂ ਹੈਗੇ ਹੋ ਉਸ ਸ਼ੋਅ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤਾਂ ਤੁਸੀਂ ਉਹ ਦੇਖ ਸਕਦੇ ਹੋ ਸੋ ਸ਼ਿੰਦਾ ਮੁਲਤਾਨੀ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਗੱਲ ਕਰਾਂਗੇ ਹੁਣ ਆਪਾਂ ਪ੍ਰਦੇਸ਼ ਦੀ ਸੋ ਜਦੋਂ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਮੁਲਤਾਨੀ ਸਾਹਿਬ ਅਤੇ ਇੱਥੇ ਆ ਕੇ ਆਪਾਂ ਨੂੰ ਕਈ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਉਸ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹੀ ਕੋਈ ਚੀਜ਼ ਹੋਵੇ ਜਿਹੜੀ ਤੁਹਾਨੂੰ ਫੇਸ ਕਰਨੀ ਪਵੇ ਤੁਹਾਡੇ ਦਿਲ ਦੀ ਗੱਲ ਹੋਵੇ ਕਿ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਜਦੋਂ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ ਅਤੇ ਉਸ ਦੇ ਵਿੱਚ ਕਾਫੀ ਡਿਫਰੈਂਸ ਹੁੰਦਾ ਵਾ ਜਿਹੜਾ ਆਪਾਂ ਉੱਥੇ ਰਹਿ ਰਹੇ ਹਾਂ ਇੱਥੇ ਆ ਕੇ ਜਿਹੜਾ ਆਪਾਂ ਸਕਰੈਚ ਤੋਂ ਇੱਕ 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 ਜਗ੍ਹਾ ਤੋਂ ਸ਼ੁਰੂ ਕਰਦੇ ਹਾਂ ਆਪਣੇ ਆਪ ਨੂੰ ਸਟੈਬਲਿਸ਼ ਕਰਦੇ ਹਾਂ ਅਤੇ ਉਸ ਦੇ ਬਾਅਦ ਦੇ ਵਿੱਚ ਇੱਕ ਕਈ ਵਾਰ ਤਾਂ ਇੱਕ ਕਮਰੇ ਤੋਂ ਸ਼ੁਰੂਆਤ ਹੁੰਦੀ ਆ ਅਤੇ ਉਸ ਤੋਂ ਬਾਅਦ ਮਹਿਲਾਂ ਤੱਕ ਪਹੁੰਚ ਜਾਈਦਾ ਵਾ ਅਤੇ ਉਹ ਚੀਜ਼ ਜ਼ਰੂਰ ਸ਼ੇਅਰ ਕਰੋ ਸਾਡੇ ਦਰਸ਼ਕ ਬਹੁਤ ਲਾਈਕ ਕਰਦੇ ਨੇ ਉਹ ਜਿਹੜਾ ਸਟਰਗਲ ਵਾਲਾ ਟਾਈਮ ਹਾਂਜੀ ਸਟਰਗਲ ਵਾਲਾ ਟਾਈਮ ਆਪਣੇ ਬਾਠ ਸਾਹਿਬ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਸਾਡੀਆਂ ਕੁਝ ਜਿਹੜੀਆਂ ਆਪਾਂ ਉੱਥੇ ਵੇਖਿਆ ਹੁੰਦਾ ਮਾਹੌਲ ਅਤੇ ਜਿਹੜੇ ਇੱਥੇ ਦੇ ਮਾਹੌਲ ਹੈਗੇ ਬਿਲਕੁਲ ਵੱਖਰੇ ਹੈਗੇ ਨੇ ਇੱਥੇ ਬੜਾ ਡਿਸਿਪਲਨ ਨੇ ਇੱਕ ਤਰ੍ਹਾਂ ਦੀ ਮਤਲਬ ਕਹਿ ਲਓ ਕਿ ਬੰਦੇ ਦੀ ਬੜੀ ਕਦਰ ਹੈਗੀ ਇੱਥੇ ਹੁਨਰ ਦੀ ਬੜੀ ਕਦਰ ਹੈ ਇਨਸਾਨ ਦੀ ਬੜੀ ਕਦਰ ਮੈਂ ਵੇਖੀ ਇੱਥੇ
ਇੱਥੇ ਕੋਈ ਮਤਲਬ ਤੁਸੀਂ ਆਪਣਾ ਕੋਈ ਸੁਪਨਾ ਲੈ ਕੇ ਆਉਂਦੇ ਹੋ ਨਾ ਇਹਨਾਂ ਕੰਟਰੀਆਂ ਦੇ ਵਿੱਚ, ਉਹ ਤੁਹਾਡਾ ਸੁਪਨਾ ਪੂਰਾ ਹੋ ਸਕਦਾ, ਕਿਉਂਕਿ ਇਹਦੇ ਵਿੱਚ ਇਹਨਾਂ ਕੰਟਰੀਆਂ 'ਚ ਕੋਈ ਬੇਈਮਾਨੀ ਨਹੀਂ, ਕੋਈ ਹੇਰਾ ਫੇਰੀ, ਮੈਂ ਤਾਂ ਨਹੀਂ ਵੇਖੀ ਜੀ। ਮੈਨੂੰ ਇਸ ਪੱਖੋਂ ਇਹ ਕੰਟਰੀ ਬਹੁਤ ਚੰਗੀ ਲੱਗਦੀ ਹੈ ਜੀ। ਇੱਥੇ ਇਨਸਾਨਾਂ ਦੀ ਬੜੀ ਕਦਰ ਹੈ, ਇੱਥੇ ਵਿਦਵਾਨਾਂ ਦੀ ਬੜੀ ਕਦਰ ਹੈ, ਇੱਥੇ ਹਰ ਉਹ ਬੰਦੇ ਦੀ ਕਦਰ ਹੈ ਜਿਸ ਕੋਲ ਕੋਈ ਵੀ ਨਿੱਕਾ ਮੋਟਾ ਟੈਲੈਂਟ ਹੈਗਾ ਨਾ ਕੁਛ ਵੀ, ਅਤੇ ਇਹ ਕੰਟਰੀ ਉਹਨੂੰ ਪੂਰਾ ਪਾਲਦੀ ਹੈ। ਅਤੇ ਇਸ ਕਰਕੇ ਮੈਂ ਇਸ ਕੰਟਰੀ ਦਾ ਬਹੁਤ ਦੇਣਦਾਰ ਹਾਂ ਜੀ। ਇੱਥੇ ਸਾਡੇ ਵਰਗੇ ਬੰਦੇ ਆ ਕੇ ਕੰਮ ਕਰਦੇ ਨੇ, ਦੇਸਾਂ ਪ੍ਰਦੇਸਾਂ ਵਿੱਚ ਆ ਕੇ, ਅਤੇ ਆਪਣੇ ਘਰ ਆਪਣੇ ਬੱਚਿਆਂ ਨੂੰ ਆਪਣੇ ਜੀਆਂ ਨੂੰ ਪਾਲਦੇ ਨੇ, ਅਤੇ ਇਹਨਾਂ ਕੰਟਰੀਆਂ 'ਚ ਦੇਣ ਆ ਜੀ। ਜੀ ਇਹੋ ਹੀ ਆ ਕਿ ਆਪਾਂ ਇਹਨਾਂ ਮੁਲਕਾਂ 'ਚ ਆ ਕੇ ਵਸੇ ਹਾਂ, ਰਹਿੰਦੇ ਹਾਂ, ਇੱਥੋਂ ਦਾ ਖਾਣਾ ਖਾਂਦੇ ਹਾਂ, ਇੱਥੇ ਕਮਾਉਂਦੇ ਹਾਂ, ਆਪਾਂ ਇੱਥੋਂ ਰਹਿ ਕੇ ਕੰਮ ਕਰਕੇ ਪਿੱਛੇ ਵੀ ਬਹੁਤ ਕੁਛ ਬਣਾ ਲੈਂਦੇ ਹਾਂ, ਅਤੇ ਉਸਦੇ ਪਿੱਛੇ ਮਿਹਨਤ ਜਿਹੜੀ ਆ ਉਹ ਉਸਦਾ ਕਿਤੇ ਨਾ ਕਿਤੇ ਬਹੁਤ ਵੱਡਾ ਹੱਥ ਹੈ, ਕਿਉਂਕਿ ਮਿਹਨਤ ਕਰਨੀ ਸਿਖਾ ਦਿੰਦੇ ਨੇ ਜਦੋਂ ਇਹ ਮੁਲਕਾਂ ਦੇ 'ਚ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਆਉਂਦੇ ਹਾਂ, ਅਤੇ ਸਾਨੂੰ ਜਿਨ੍ਹਾਂ ਨੇ ਉੱਥੇ ਕੋਈ ਕੰਮ ਕੀਤਾ ਵੀ ਨਹੀਂ ਹੁੰਦਾ ਕਦੀ, ਤਾਂ ਉਹ ਫਿਰ 12-12 ਘੰਟੇ ਦੀਆਂ ਜਦੋਂ ਸ਼ਿਫਟਾਂ ਲੱਗਦੀਆਂ ਨੇ, ਅਤੇ ਜਦੋਂ ਹੱਥ ਦੇ ਵਿੱਚ ਮਾਪ ਫੜਾ ਦਿੰਦੇ ਨੇ, ਅਤੇ ਫਿਰ ਨਾਨੀ ਚੇਤੇ ਆਉਂਦੀ ਆ। ਬਿਲਕੁਲ ਸਹੀ ਗੱਲ ਹੈ। ਪ੍ਰਦੇਸਾਂ ਦੇ ਉੱਪਰ ਆਪਾਂ ਇੱਕ ਗੀਤ ਸੁਣਦੇ ਹਾਂ ਤੁਹਾਡੇ ਕੋਲ। ਅੱਜ ਮੈਨੂੰ ਤੁਹਾਡੀ ਬਾਠ ਸਾਹਿਬ ਗੱਲ ਸੁਣ ਕੇ ਨਾ, ਅਤੇ ਮੈਨੂੰ ਇੱਕ ਗੀਤ ਚੇਤੇ ਆ ਗਿਆ ਮੇਰਾ ਗਾਣਾ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਬੜਾ ਪਿਆਰ ਕੀਤਾ ਉਹ ਗੀਤ ਨੂੰ। ਉਹ ਗਾਣਾ ਸੀ ਆਪਣਾ ਮੇਰਾ ਵੀਰ ਚੰਦਰਾ ਸਰਾਏ, ਗੀਤਕਾਰ ਬੜਾ ਇੱਕ ਮੇਰਾ ਵੀਰ ਬਹੁਤ ਵਧੀਆ ਰਾਈਟਰ ਹੈ, ਚੰਦਰਾ ਸਰਾਏ ਉਹਨਾਂ ਦਾ ਲਿਖਿਆ ਗੀਤ ਹੈ, ਮੈਂ ਤੁਹਾਨੂੰ ਉਹਨਾਂ ਦੇ ਬੋਲ ਸੁਣਾਉਣਾ। ਉਹ ਗੀਤ ਲੋਕਾਂ ਨੇ ਬੜਾ ਪਿਆਰ ਕੀਤਾ ਗੀਤ ਨੂੰ। ਉਹ ਇਹੀ ਆ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਨਾ, ਸਾਡੀ ਬੇਬੇ ਨੇ ਸਾਡੇ ਵਾਸਤੇ ਮਾਵਾਂ ਨੇ ਰੋਟੀਆਂ ਪਕਾ ਪਕਾ ਸਾਨੂੰ ਪਾਲਿਆ ਹੁੰਦਾ ਹੈ, ਸਾਨੂੰ ਰੋਟੀਆਂ ਮਿਲਦੀਆਂ ਮਾਵਾਂ ਦੇ ਹੱਥਾਂ ਦੀਆਂ ਪੱਕੀਆਂ ਪੰਜਾਬ ਦੇ ਵਿੱਚ। ਜਦੋਂ ਆਪਾਂ ਇਹਨਾਂ ਕੰਟਰੀਆਂ ਜਾਂਦੇ ਹਾਂ ਨਾ, ਫਿਰ ਉਹਦੇ ਹਾਲਤ ਕੀ ਹੋ ਜਾਂਦੀ, ਆਪੇ ਸਾਰਾ ਕੁਝ ਬਣਨਾ ਪੈਂਦਾ, ਆਪੇ ਸਾਰਾ ਕੁਝ ਕਰਨਾ ਪੈਂਦਾ, ਫਿਰ ਮਾਂ ਦੀ ਤੇ ਬੇਬੇ ਦੀ ਤੇ ਬਾਪੂ ਦੀ ਬੜੀ ਯਾਦ ਆਉਂਦੀ। ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਗੀਤ ਰਾਹੀਂ। ਦੇਸਾਂ ਵਿੱਚ ਕੀਤੀਆਂ ਜੋ ਐਸ਼ਾਂ ਦੋਸਤਾਂ, ਪਰ ਦੇਸਾਂ 'ਚ ਨੀ ਹੋਣੀਆਂ, ਉਹ ਦੇਸਾਂ ਵਿੱਚ ਕੀਤੀਆਂ, ਹਾਏ ਪਿੰਡਾਂ ਵਿੱਚ ਕੀਤੀਆਂ, ਉਹ ਦੇਸਾਂ ਵਿੱਚ ਕੀਤੀਆਂ ਜੋ ਐਸ਼ਾਂ ਦੋਸਤਾਂ, ਪਰ ਦੇਸਾਂ 'ਚ ਨੀ ਹੋਣੀਆਂ। ਖਾਂਦੇ ਸੀ ਪੱਕੀਆਂ ਪਕਾਈਆਂ ਰੋਟੀਆਂ, ਪੱਕੀਆਂ ਪਕਾਈਆਂ ਰੋਟੀਆਂ, ਤੇ ਇੱਥੇ ਪੈਣੀਆਂ ਬਣਾਉਣੀਆਂ। ਦੇਸਾਂ ਵਿੱਚ ਕੀਤੀਆਂ ਜੋ ਐਸ਼ਾਂ ਦੋਸਤਾਂ, ਪਰ ਦੇਸਾਂ 'ਚ ਨਹੀਂ ਹੋਣੀਆਂ। ਉਹ ਬੱਚਦਾਨ ਫਸਲਾਂ 'ਚ ਸੁੱਟ ਦਿੱਤਾ ਹੱਲ ਸੀ, ਸੁੱਟ ਦਿੱਤਾ ਹੱਲ ਸੀ, ਤੰਗੀ ਨੇ ਵਧਾਏ ਸਾਡੇ ਪੈਰ ਬਾਰ ਵੱਲ ਸੀ, ਪੈਰ ਬਾਰ ਵੱਲ ਸੀ। ਉਹ ਬੱਚਦਾਨ ਫਸਲਾਂ 'ਚ ਸੁੱਟ ਦਿੱਤਾ ਹੱਲ ਸੀ, ਤੰਗੀ ਨੇ ਵਧਾਏ ਸਾਡੇ ਪੈਰ ਬਾਰ ਵੱਲ ਸੀ। ਮੰਗ ਕੇ ਬਿਆਜੂ ਪੈਸਾ, ਹਾਇਓ ਮੰਗ ਕੇ ਬਿਆਜੂ ਪੈਸਾ, ਉਹ ਮੰਗ ਕੇ ਬਿਆਜੂ ਪੈਸਾ, ਬਾਹਰ ਨੂੰ ਆਇਆ ਏ ਅੱਜ ਕਿਸ਼ਤਾਂ ਵੀ ਲਾਉਣੀਆਂ। ਉਹ ਖਾਂਦੇ ਸੀਗੇ ਪੱਕੀਆਂ ਪਕਾਈਆਂ ਰੋਟੀਆਂ, ਤੇ ਇੱਥੇ ਪੈਣੀਆਂ ਬਣਾਉਣੀਆਂ। ਦੇਸਾਂ ਵਿੱਚ ਕੀਤੀਆਂ ਜੋ ਐਸ਼ਾ ਦੋਸਤਾਂ, ਪਰ ਦੇਸਾਂ 'ਚ ਨਹੀਂ ਹੋਣੀਆਂ, ਪਰ ਦੇਸਾਂ 'ਚ ਨਹੀਂ ਹੋਣੀਆਂ, ਪਰ ਦੇਸਾਂ 'ਚ ਨਹੀਂ ਹੋਣੀਆਂ। ਬਹੁਤ ਵਧੀਆ ਗੀਤ ਆ, ਤੇ ਇਹ ਸਾਰੀਆਂ ਚੀਜ਼ਾਂ ਆਪ ਹੰਡਾਈਆਂ ਨੇ ਆਪਾਂ ਇੱਥੇ ਆ ਕੇ। ਗੀਤ ਦੇ ਵਿੱਚ ਬਹੁਤ ਸੱਚਾਈ ਹੈ, ਮੈਂ ਪੂਰਾ ਗੀਤ ਸੁਣਿਆ ਇਹ, ਤੇ ਹੋਰ ਵੀ ਕਈ ਜਿਹੜੇ ਪਹਿਲੂ ਹੈਗੇ ਨੇ ਇਹਦੇ ਵਿੱਚ, ਇਸ ਗੀਤ ਦੇ ਵਿੱਚ ਤੁਸੀਂ ਜਿਹੜੇ ਵੀ ਰਾਈਟਰ ਨੇ ਉਹਨਾਂ ਨੇ ਬਹੁਤ ਵਧੀਆ ਪਰੋਇਆ ਵਾ ਉਹਨਾਂ ਨੂੰ, ਜਿਹੜੇ ਲਾਈਫ ਦੇ ਐਕਸਪੀਰੀਅੰਸ ਇੱਥੇ ਹੁੰਦੇ ਨੇ ਆ ਕੇ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਸ ਪਰਿਵਾਰ ਦਾ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਮੈਸੇਜ ਹੈ, ਕੋਈ ਵੀ ਤੁਹਾਡਾ ਐਕਸਪੀਰੀਅੰਸ ਹੈਗਾ, ਕੋਈ ਵੀ ਤੁਹਾਡਾ ਬਿਜ਼ਨਸ ਹੈਗਾ, ਕੋਈ ਵੀ ਤੁਹਾਡਾ ਈਵੈਂਟ ਹੈਗਾ ਵਾ ਪੂਰੀ ਦੁਨੀਆ ਤੱਕ, ਜੇ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਕੇ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਥੱਲੇ ਲਿਖੇ ਨੰਬਰ ਦੇ ਉੱਪਰ, ਐਡਰੈਸ ਦੇ ਉੱਪਰ, nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਸੋ ਦਰਸ਼ਕੋ, ਇੱਕ ਟੈਕਨੀਕਲ ਪ੍ਰੋਬਲਮ ਕਰਕੇ ਥੋੜ੍ਹਾ ਵਿੱਚ ਪ੍ਰੋਗਰਾਮ ਦੇ ਡਿਲੇ ਹੋ ਗਿਆ, ਸੋ ਉਸਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ।
क्योंकि ये मशीना ने इलेक्ट्रॉनिक कितने ना कितने कदी ना कदी कुछ ना कुछ कदी हो जाता है। सो उस दे लई जरूर माफ़ी चाहते हैं, पर दोबारा फिर तुहाडे नाल जुड़े हाँ। साढ़े अज्ज दे मेहमान ने न्यूयॉर्क तो शिंदा मुल्तानी जी, बहुत खूबसूरत आवाज। शिंदा जी स्वागत है तुहाडा ब्रेक तो बाद एक बार फिर। हाँ जी बहुत, मैं फिर दोबारा सारी टीम का जस्ट पंजाबी टीवी का तहे दिल से शुक्रगुजार हाँ जी। हाँ जी हाँ जी सर, आप एक टेक्निकल कोई प्रॉब्लम आ करके एसी थोड़ा आप डिले हो गए हैं, तो कोई गल नहीं आ, शो मस्ट गो ऑन। सो आपू कंटिन्यू रखते हैं इसे तरह। तो आपे को गीत एक सोशल मीडिया से आप काफ़ी तुहाडा सुनिया सीगा, जिहड़ा खालसा एड के उपर जिन्हों की कि बड़ी वड्डी देन है साडी कौम नूं साडे देश नूं, ते उहनां दे उपर एक तुहाडा गीत सीगा, उहदियां चंद लाइनां जरूर आप दर्शकां नूं सुणाईए। हाँ जी हाँ जी, वो बाठ साहब मेरे धन भाग जी, मैं उन्होंने गीत गाया, मैं बहुत करमा वाला समझदा अपने आप नूं, क्योंकि पूरे वर्ल्ड विच पूरे संसार विच जिथे भी लोड़ पैंदी है सो खालसा ऐड जाके उन्होंने मदद करती है। तो मैं उन्हों की उस्तत विच उस सारी टीम की उन्होंने वडियाई विच मैं चंद रहना रखिए सन आप की मैं खिदमत कर लगा जी, तो उम्मीद करना पसंद करोगे। ना जात देखदा है ना पात देखदा है, ना जात देखदा है ना पात देखदा है, जद मुश्किल बन जावे ते दिन ना रात देखदा है, ए दुखियां गरीबां दी अबा फड़दा जिथे कोई भी ना खड़े, कोई भी ना खड़े रवि सिंह खड़ना कर दे ना सेवा बिना किसे लालसा, इस धरती ते आया है मसीहा बन के लोक ऐड खालसा ऐड खालसा ऐड खालसा, ओ दुनिया ते आया है मसीहा बन के लोक ऐड खालसा ऐड खालसा ऐड खालसा। ਅਸੀਂ ਦੋ ਪਰਸੰਤ ਜਾਏ ਉਹ ਸਾਡੇ ਕੰਮ ਕਰੋੜਾਂ ਦੇ, ਅਸੀਂ ਦੋ ਪਰਸੰਤ ਜਾਏ ਉਹ ਸਾਡੇ ਕੰਮ ਕਰੋੜਾਂ ਦੇ, ਜਦ ਭੀੜ ਬਣੇ ਸਭ ਤੇ ਕੰਮ ਆਈਏ ਹੋਰਾਂ ਦੇ, ਖੇਲੇ ਹੱਜ ਤੇ ਸਰਕਾਰ ਬੱਲਿਆਂ ਕੰਮ ਔਖੇ ਵੇਲੇ ਆਉਂਦੇ ਫਿਰ, ਕੰਮ ਔਖੇ ਵੇਲੇ ਆਉਂਦੇ ਸਰਦਾਰ ਬੱਲਿਆਂ ਕਰਦੇ ਨਾ ਸੇਵਾ ਬਿਨਾਂ ਕਿਸੇ ਲਾਲਸਾ, ਦੁਨੀਆਂ ਤੇ ਆਇਆ ਏ ਮਸੀਹਾ ਬਣ ਕੇ ਉਹ ਲੋਕ ਐੜ ਖਾਲਸਾ ਐੜ ਖਾਲਸਾ, ਉਹ ਧਰਤੀ ਤੇ ਆਇਆ ਏ ਮਸੀਹਾ ਬਣ ਕੇ ਉਹ ਲੋਕ ਐੜ ਖਾਲਸਾ ਐੜ ਖਾਲਸਾ ਐੜ ਖਾਲਸਾ। ਜੀ ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ। ਕਿਉਂਕਿ ਜਿੱਥੇ ਆਪਣੀ ਸਮਾਜ ਦੇ ਵਿੱਚ ਇਹੋ ਜਿਹੇ ਖਾਲਸਾ ਏਡ ਵਰਗੀਆਂ ਐਸੋਸੀਏਸ਼ਨਸ ਨੇ ਫਾਊਂਡੇਸ਼ਨਸ ਨੇ ਜਿਹੜੇ ਕਿ ਸਮਾਜ ਦੀ ਜਿੱਥੇ ਸੇਵਾ ਕਰਦੇ ਨੇ, ਦੇਸ਼ ਦੀ ਸੇਵਾ ਕਰਦੇ ਨੇ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਭੀੜ ਪੈਂਦੀ ਆ ਕਿਸੇ ਵੀ ਤਰੀਕੇ ਦਾ ਕੋਈ ਆਫਤ ਆਉਂਦੀ ਆ ਆਪਾਂ ਕਹਿ ਦਈਏ, ਹਾਂਜੀ, ਤਾਂ ਉਸ ਦੇ ਵਿੱਚ ਖਾਲਸਾ ਏਡ ਇੱਕ ਮਿਸਾਲ ਆ ਪੂਰੀ ਦੁਨੀਆ ਦੇ ਵਿੱਚ ਕਿ ਪਹਿਲਾਂ ਹੀ ਤਿਆਰ ਹੁੰਦੇ ਨੇ। ਅਤੇ ਸਾਡੇ ਗੁਰੂਆਂ ਦਾ ਆਸ਼ੀਰਵਾਦ ਹੈ ਜਿਹੜਾ ਬਾਬੇ ਨਾਨਕ ਨੇ ਲੰਗਰ $20 ਦਾ ਜਿਹੜਾ ਚਲਾਇਆ ਜਾਂ ₹20 ਦਾ ਸੋਰੀ ਚਲਾਇਆ ਸੀਗਾ, ਉਹ ਚੱਲਦਾ ਰਹੂਗਾ ਸਾਰੀ ਉਮਰ, ਅਤੇ ਉਸ ਦੇ ਵਿੱਚੋਂ ਹੀ ਬਰਕਤ ਅੱਗੇ ਅੱਗੇ ਪੈਂਦੀ ਜਾਂਦੀ ਆ, ਅਤੇ ਜਿੱਥੇ ਜਿੱਥੇ ਲੋੜ ਪੈਂਦੀ ਆ ਅਤੇ ਅਸੀਂ ਉਸ ਦਾ ਹਿੱਸਾ ਬਣਦੇ ਹਾਂ, ਅਤੇ ਸਾਡੇ ਸਮਾਜ ਉਹਦਾ ਹਿੱਸਾ ਬਣਦੇ ਆ, ਸਾਰੀ ਸਾਡੀ ਕਮਿਊਨਿਟੀ ਉਸਦਾ ਹਿੱਸਾ ਬਣਦੀ ਆ। ਅਤੇ ਉਸ ਦੇ ਨਾਲ ਹੀ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ, ਜਦੋਂ ਆਪਾਂ ਸਮਾਜ ਦੀ ਗੱਲ ਕਰਦੇ ਹਾਂ, ਸਮਾਜਿਕ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਜੋ ਚੱਲ ਰਿਹਾ ਵਾ ਅੱਜ ਕੱਲ੍ਹ, ਜਿੱਦਾਂ ਕਿਸਾਨਾਂ ਦਾ ਜਿਹੜਾ ਚੱਲ ਰਿਹਾ ਵਾ, ਕਿਉਂਕਿ ਅਸੀਂ ਆਹ ਹਾਰੀ ਪੱਟੀ ਬੰਨੀ ਹੁੰਦੀ ਆ, ਸਾਡੇ ਹਰ ਇੱਕ ਜਿੰਨੇ ਵੀ ਐਂਕਰ ਨੇ ਜਿਹੜੇ ਵੀ ਔਨ ਕੈਮਰਾ ਹੁੰਦੇ ਨੇ, ਸਾਰਿਆਂ ਨੇ ਨਿਊਜ਼ ਤੋਂ ਲੈ ਕੇ ਕੋਈ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਗਰਾਮ ਹੋਵੇ, ਤੇ ਅਸੀਂ ਕਿਉਂਕਿ ਅਸੀਂ ਦੱਸਦੇ ਹਾਂ ਕਿ ਜਸ ਪੰਜਾਬੀ ਜਸ ਪਰਿਵਾਰ ਜਿਹੜਾ ਆ ਉਹ ਕਿਸਾਨਾਂ ਦੇ ਨਾਲ ਆ ਆਪਣੀ 14ਵੀਂ ਵਰੇਗੰਢ ਦੇ ਉੱਪਰ, ਤੇ ਇੱਕ ਮਾਣ ਵੀ ਮਹਿਸੂਸ ਹੁੰਦਾ ਆ ਕਿ ਜਿੱਥੇ ਅਸੀਂ ਆਪਣੀ ਵਰੇਗੰਢ ਮਨਾ ਰਹੇ ਹਾਂ ਉੱਥੇ ਅਸੀਂ ਸੇਵਾ ਕਰ ਰਹੇ ਹਾਂ ਆਪਣੀ ਸਮਾਜ ਦੀ, ਆਪਣੇ ਕਿਸਾਨ ਭੈਣ ਭਰਾਵਾਂ ਦੀ, ਇਕੱਲੇ ਕਿਸਾਨ ਭੈਣ ਭਰਾ ਨਹੀਂ, ਉਸ ਮਸਲੇ ਦੇ ਨਾਲ ਤੇ ਸਾਰਾ ਸਮੁੱਚਾ ਸਮਾਜ ਹੀ ਜੁੜਿਆ ਆ। ਤੁਸੀਂ ਇੱਕ ਕਿਸੇ ਵੀ ਵਰਗ ਤੋਂ ਲੇਬਰ ਵਰਗ ਤੋਂ ਲੈ ਕੇ, ਤੇ ਤੁਸੀਂ ਜਿਹੜਾ ਇੱਕ ਰਾਜਾ ਮਹਾਰਾਜਾ ਆ ਉਹ ਵੀ ਰੋਟੀ ਖਾਂਦਾ ਵਾ, ਉਹਨੇ ਅੰਨ ਦੀ ਰੋਟੀ ਖਾਣੀ ਆ, ਲੋਹੇ ਦੀਆਂ ਤੇ ਇੱਟਾਂ ਖਾ ਕੇ ਤੇ ਢਿੱਡ ਨਹੀਂ ਭਰਨਾ, ਤੇ ਇਸ ਲਈ ਸੋ ਉਸ ਦੇ ਉੱਪਰ ਜ਼ਰੂਰ ਕੁਛ ਚਾਨਣਾ ਪਾਓ ਜੀ। ਹਾਂਜੀ, ਆਪਣਾ
ਸਿੱਖੋ ਕਿਸਾਨ ਮੋਰਚਾ ਦਿੱਲੀ ਵਿੱਚ ਲੱਗਿਆ ਜੀ। ਤੋ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਜੀ ਮੋਰਚਾ ਫਤਿਹ ਹੋਵੇ। ਤੋ ਉਹਨਾਂ ਦੀ ਆਪਾਂ ਦੂਰ ਬੈਠੇ ਹਾਂ ਦੇਸਾਂ ਪ੍ਰਦੇਸਾਂ ਵਿੱਚ, ਆਪਾਂ ਜਾ ਤਾਂ ਨਹੀਂ ਸਕਦੇ ਦਿੱਲੀ ਉੱਥੇ, ਹੈ ਨਾ, ਪਰ ਅਸੀਂ ਆਪਣੀ ਜਿੰਨੇ ਵੀ ਕਲਾਕਾਰ ਦੂਰ ਬੈਠੇ ਹਾਂ ਆਪਣੇ ਵਤਨ ਤੋਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਲਾ ਰਾਹੀਂ ਆਪਣੇ ਗੀਤਾਂ ਰਾਹੀਂ ਆਪਣਾ ਮੈਸੇਜ ਜਿਹੜਾ ਹੈਗਾ ਆਪਾਂ ਆਪਣੀ ਹਾਜ਼ਰੀ ਹੈਗੀ ਉਹ ਦਿੱਲੀ ਦੇ ਮੋਰਚੇ ਵਿੱਚ ਲਵਾਈਏ ਜਾ ਕੇ। ਸੋ ਮੈਂ ਮੇਰੇ ਤਿੰਨ ਚਾਰ ਗੀਤ ਸੋਸ਼ਲ ਮੀਡੀਆ 'ਤੇ ਬੜੇ ਚੱਲੇ ਨੇ, ਉਹਨਾਂ ਵਿੱਚ ਇੱਕ ਗੀਤ ਮੇਰਾ ਬੜਾ ਫੇਮਸ ਹੋਇਆ ਜੀ, ਉਹ ਆਪ ਜੀ ਮੈਂ ਕਚਹਿਰੀ ਪੇਸ਼ ਕਰਨ ਲੱਗਾ ਜੀ। ਸੋ ਇਸ ਤਰ੍ਹਾਂ ਹੀ ਉਹ ਜੁਗਣੀ ਦੇ ਅੰਦਾਜ਼ ਵਿੱਚ ਉਹ ਗੀਤ ਮੈਂ ਗਾਇਆ ਸੀ, ਉਹ ਬੜਾ ਪਿਆਰ ਮਿਲਿਆ ਜੀ। ਉਹ ਜੁਗਣੀ ਜਾਵੜੀ ਵਿੱਚ ਦਿੱਲੀ ਸਾਰੀ ਪਈ ਹਕੂਮਤ ਹਿੱਲੀ, ਜੁਗਣੀ ਜਾਵੜੀ ਵਿੱਚ ਦਿੱਲੀ ਸਾਰੀ ਪਈ ਹਕੂਮਤ ਹਿੱਲੀ, ਕਹਿੰਦੇ ਕੱਢਣੀ ਧੋਣ ਚੁੱਕ ਲਈ ਓਏ ਵੀਰ ਮੇਰੇ ਆਗ ਜੁਗਣੀ, ਓ ਮੇਰੇ ਆਗ ਜੁਗਣੀ ਕਹਿੰਦੀ ਐ ਨਾਮ ਕਿਸਾਨ ਦਲੈਂਦੀ ਐ, ਓ ਨਾਮ ਕਿਸਾਨ ਦਲੈਂਦੀ ਐ ਵੀਰ ਮੇਰੇ ਆਗ ਜੁਗਣੀ ਕਹਿੰਦੀ ਐ ਨਾਮ ਕਿਸਾਨ ਦਲੈਂਦੀ ਐ। ਓ ਜੁਗਣੀ ਕਿਰਤ ਦੀ ਜੋਤ ਜਗਾ ਗਈ ਓ, ਜੁਗਣੀ ਕਿਰਤ ਦੀ ਜੋਤ ਜਗਾ ਗਈ, ਹਰਿਆਣੇ ਨਾਲ ਵੀ ਜੱਫੀਆਂ, ਹਰਿਆਣੇ ਨਾਲ ਵੀ ਜੱਫੀਆਂ ਪਾ ਗਈ ਓਏ ਵੀਰ ਮੇਰੇ ਆਗ ਜੁਗਣੀ, ਓ ਮੇਰੇ ਆਗ ਜੁਗਣੀ ਗੱਜਦੀ ਐ ਦੁਸ਼ਮਣ ਦੀ ਹਿੱਕ ਤੇ ਵੱਜਦੀ ਐ, ਦੁਸ਼ਮਣ ਦੀ ਹਿੱਕ ਤੇ ਵੱਜਦੀ ਐ। ਜੀ ਜੁਗਨੀ, ਜੁਗਨੀ ਨੂੰ ਬੜੇ ਵਧੀਆ ਅੰਦਾਜ਼ ਦੇ ਨਾਲ ਤੁਸੀਂ ਜਿਸ ਤਰ੍ਹਾਂ ਦਿੱਲੀ ਤੱਕ ਪਹੁੰਚਾਇਆ ਅਤੇ ਵਰਡਿੰਗ ਵੀ ਬੜੀ ਸੋਹਣੀ ਆ। ਵੈਸੇ ਜਿਹੜਾ ਫੋਕ ਰੰਗ ਹੈ ਜੁਗਨੀ, ਜਿੱਥੇ ਆਪਾਂ ਵਿੱਚ ਬ੍ਰੇਕ ਆ ਗਈ ਸੀ ਆਪਾਂ ਛੱਲੇ ਬਾਰੇ ਵੀ ਗੱਲਬਾਤ ਕਰਨੀ ਸੀਗੀ ਕਿ ਛੱਲਾ ਹੈ ਕੀ ਆ, ਉਹ ਫਿਰ ਕਦੀ ਕਰਾਂਗੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ, ਜਿੱਥੇ ਆਪਾਂ ਗੱਲਬਾਤ ਕਰਦੇ ਹਾਂ ਕਿ ਤੁਹਾਡੇ ਗੀਤਾਂ ਦੀ ਗੱਲਬਾਤ ਕਰਦੇ ਹਾਂ, ਤੁਹਾਡੀਆਂ ਤਰਜ਼ਾਂ ਦੀ ਗੱਲਬਾਤ ਕਰਦੇ ਹਾਂ, ਤੁਹਾਡੇ ਮਿਊਜ਼ਿਕ ਦੀ ਗੱਲਬਾਤ ਕਰਦੇ ਹਾਂ, ਡਫਲੀ ਦੀ ਗੱਲਬਾਤ ਕਰਦੇ ਹਾਂ, ਉੱਥੇ ਉਸਦੇ ਨਾਲ ਕੋਈ ਵੀ ਗਾਇਕ ਹੈਗਾ ਆ, ਕੋਈ ਵੀ ਕਲਾਕਾਰ ਹੈਗਾ ਆ, ਉਸਦੇ ਨਾਲ ਕਾਫੀ ਲੋਕ ਜੁੜੇ ਹੁੰਦੇ ਨੇ। ਜਿਸ ਤਰ੍ਹਾਂ ਗਾਇਕੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਲਮ, ਜਿਹੜੇ ਰਾਈਟਰ ਹੁੰਦੇ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਕੰਪੋਜ਼ਰ, ਮਿਊਜ਼ਿਕ ਡਾਇਰੈਕਟਰ ਹੁੰਦੇ ਨੇ, ਉਸ ਤੋਂ ਬਾਅਦ ਜਿਸ ਤਰ੍ਹਾਂ ਕੈਮਰੇ ਦੇ ਥਰੂ ਜਿਹੜਾ ਤੁਹਾਡਾ ਗਾਣਾ ਕੋਈ ਆਉਂਦਾ ਆ, ਕੋਈ ਵੀਡੀਓ ਆਉਂਦੀ ਆ, ਉਹ ਵੀਡੀਓਗ੍ਰਾਫਰ ਜੁੜੇ ਹੁੰਦੇ ਨੇ। ਜਿਸ ਤਰ੍ਹਾਂ ਮੈਂ ਆਪਾਂ ਦੋਵੇਂ ਅਸੀਂ ਗੱਲ ਕਰ ਰਹੇ ਹਾਂ ਅਤੇ ਪੂਰੀ ਦੁਨੀਆ ਦੇਖ ਰਹੀ ਆ, ਉਸਦੇ ਪਿੱਛੇ ਇੱਕ ਬਹੁਤ ਵੱਡੀ ਟੀਮ ਹੁੰਦੀ ਹੈ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਤੁਹਾਡੀ ਇਸ ਸਫ਼ਰ ਦੇ ਵਿੱਚ ਤੁਹਾਡਾ ਸਾਥ ਕਿੰਨਾ ਕਿੰਨਾ ਨੇ, ਅਤੇ ਕਿੰਜ ਲਾਈਕ ਗੀਤਕਾਰ, ਸੰਗੀਤਕਾਰ, ਡਾਇਰੈਕਟਰਸ ਕੌਣ ਕੌਣ ਤੁਹਾਡੀ ਲਾਈਫ ਦੇ ਜੁੜੇ ਇਸ ਸਫ਼ਰ ਦੇ ਵਿੱਚ? ਹਾਂਜੀ ਬਾਠ ਸਾਹਿਬ, ਇਸ ਲਾਈਨ ਦੇ ਵਿੱਚ ਚੰਗੇ ਯਾਰ ਮਿੱਤਰ ਲਾਈਨ ਦੇ ਵਿੱਚ ਆਏ, ਉਹਨਾਂ ਨੇ ਮੈਨੂੰ ਚੰਗਾ ਸਹਿਯੋਗ ਦਿੱਤਾ। ਮੇਰਾ ਵੀਰ ਰੂਪਨ ਕਾਲੋ ਜੀ ਨੇ ਮੇਰੇ ਗੀਤ ਕੀਤੇ ਸੀ, ਰੂਪਨ ਕਾਲੋ ਮਿਊਜ਼ਿਕ ਡਾਇਰੈਕਟਰ ਮੇਰਾ ਵੀਰ ਹੈ, ਅਤੇ ਉਹਨਾਂ ਨੇ ਮੇਰੇ ਗੀਤ ਕੀਤੇ ਸੀ। ਸੋ ਗੀਤ ਮੇਰੇ ਆਪਣੇ ਲਿਖੇ ਹੋਏ ਸੀ, ਤਾਂ ਹੋਰ ਮੇਰੀ ਫੈਮਿਲੀ ਵਿੱਚੋਂ ਮੇਰੇ ਫਾਦਰ ਸਾਹਿਬ ਨੇ ਬੜੀ ਬੜੀ ਸਪੋਰਟ, ਬਹੁਤ ਸਪੋਰਟ ਕੀਤੀ ਮੇਰੇ ਡੈਡੀ ਜੀ ਨੇ, ਅਤੇ ਮੇਰੀ ਵਾਈਫ ਸੰਦੀਪ ਕੌਰ, ਉਹਨਾਂ ਨੇ ਸਪੋਰਟ ਕੀਤੀ। ਚੰਗੇ ਯਾਰ ਦੋਸਤ ਮਿੱਤਰ ਇਸ ਲਾਈਨ ਦੇ ਵਿੱਚ, ਤਾਂ ਮੇਰਾ ਵੀਰ ਅਮੈਰੀਕਾ ਦੇ ਵਿੱਚ ਰਹਿੰਦਾ ਰਣਜੀਤ ਸਿੰਘ ਛੋਟੂ, ਉਹਨਾਂ ਨੇ ਬੜੀ ਸਪੋਰਟ ਕੀਤੀ ਮੈਨੂੰ। ਅਤੇ ਮੇਰੇ ਗੁਰੂ ਜੀ, ਉਸਤਾਦ ਜੀ ਨੇ ਬਾਬਾ ਅਜੀਤ ਸਿੰਘ ਅਕਬਰਪੁਰ ਤੋਂ ਬੈਂਜਰ ਸਾਹਿਬ ਨੇ ਬੈਂਕ ਦਿਓ, ਉਹ ਉਹਨਾਂ ਕੋਲ ਮੈਂ ਸਿੱਖਿਆ ਸੰਗੀਤ, ਉਹਨਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਜੀ। ਅਤੇ ਹੋਰ ਜੋ ਚੰਗੇ ਮਿੱਤਰ, ਖਾਸ ਕਰ ਸਾਰੇ ਸਰੋਤੇ ਜੋ ਮੈਨੂੰ ਸੁਣਦੇ ਨੇ, ਮੈਂ ਜਿੱਦਾਂ ਦਾ ਵੀ ਗਾਉਣਾ, ਮਾੜਾ ਮੋਟਾ ਗਾਉਣਾ ਤਾਂ ਆਉਂਦਾ ਨਹੀਂ, ਪਰ ਜਿਵੇਂ ਦਾ ਵੀ ਗਾ ਰਿਹਾ ਅਤੇ ਸਰੋਤੇ ਪਿਆਰ ਦੇ ਰਹੇ ਨੇ ਜੀ, ਹਾਂਜੀ, ਉਹਨਾਂ ਦੀ ਸਪੋਰਟ ਹੈ ਜੀ। ਜੀ ਉਸਦੇ ਪਿੱਛੇ ਤੁਹਾਡੀ ਮਿਹਨਤ, ਜਦੋਂ ਆਪਾਂ ਕੋਈ ਵੀ ਗੀਤਕਾਰ ਆਪਣਾ ਸਿੰਗਰ ਨੂੰ, ਗਾਇਕ ਨੂੰ ਸੁਣਦੇ ਹਾਂ, ਤਾਂ ਉਸਦੀ ਆਵਾਜ਼ ਜਦੋਂ ਆਪਾਂ ਸੁਣਦੇ, ਕੋਈ ਵੀ ਗੀਤ ਸੁਣਦੇ, ਭਾਵੇਂ ਇੱਕ ਲਾਈਨ ਸੁਣ ਲਓ ਅਤੇ ਪਿੱਛੇ ਉਹਦੀ ਮਿਹਨਤ ਦਾ ਪਤਾ ਲੱਗ ਜਾਂਦਾ ਆ ਕਿ ਉਸਦੇ ਪਿੱਛੇ ਮਿਹਨਤ ਹੋਈ ਆ। ਅਤੇ ਮਿਊਜ਼ਿਕ ਤੁਸੀਂ ਕਿੰਨਾ ਕਿੰਨਾ ਦਾ ਲਿਆ ਹੁਣ ਤੱਕ? ਮੈਂ ਮਿਊਜ਼ਿਕ ਦਿੱਤਾ ਜੀ ਹੁਣ ਤੱਕ ਲਾਲ ਕਮਲ ਜੀ, ਕਾਫੀ ਪੁਰਾਣੇ ਤੋਂ ਪੁਰਾਣਾ ਦੋਸਤ, ਜਦੋਂ ਉਹ ਚੱਲਦੇ ਹੁੰਦੇ ਸੀ ਉਹਨਾਂ ਦਾ ਮਿਊਜ਼ਿਕ। ਹਾਂਜੀ ਹਾਂਜੀ, ਲਾਲ ਕਮਲ ਜੀ ਚੰਡੀਗੜ੍ਹ ਤੋਂ ਚੰਗੀ ਤਰ੍ਹਾਂ ਮੈਂ ਵਾਕਫ ਹਾਂ। ਹਾਂਜੀ, ਉਹਨਾਂ ਨੇ ਮੇਰੀ ਇੱਕ ਐਲਬਮ ਕੀਤੀ ਸੀ 2002 ਦੇ ਵਿੱਚ ਜੀ, ਹਾਏ ਨੀ ਮੇਰੀ ਇੱਕ ਐਲਬਮ ਆਈ ਸੀ। ਅੱਜ ਕੱਲ੍ਹ ਮੈਂ ਇੱਕ ਗਾਣਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ, ਪੁਰਾਣਾ ਗਾਣਾ, ਇੱਕ ਵੀਡੀਓ ਮੈਂ ਉਹ ਆਪਣੇ ਫੇਸਬੁੱਕ 'ਤੇ ਪਾਈ ਹੋਈ ਹੈ। ਲਾਲ ਕਮਲ ਜੀ, ਤਾਂ ਹੋਰ ਕੋਈ UK ਦੇ ਨਵੇਂ ਮੁੰਡੇ ਸੀ, ਮੈਨੂੰ ਨਾਮ ਕੋਈ ਚੇਤਾ ਨਹੀਂ ਆ ਰਿਹਾ। ਰੂਪਨ ਕਾਲੋ ਜੀ, ਉਹਨਾਂ ਨੇ ਮੇਰਾ ਮਿਊਜ਼ਿਕ ਕੀਤਾ ਸੀ। ਮੇਰੀ ਇੱਕ ਐਲਬਮ ਆਈ ਸੀ ਰੋਗ, ਤੂੰ ਮੇਰਾ ਰੋਗ ਬਣ ਕੇ ਰਹਿ ਗਈ,
ਉਹ ਗੀਤ ਨੂੰ ਬੇਹੱਦ ਪੂਰੇ ਵਰਲਡ ਵਿੱਚ ਬੜਾ ਪਿਆਰ ਮਿਲਿਆ ਔਰ ਰੂਪਨ ਕਾਲੋ ਜੀ ਨੇ ਉਹਦਾ ਮਿਊਜ਼ਿਕ ਕੀਤਾ ਸੀ ਉਸ ਤੋਂ ਬਾਅਦ ਹੋਰ ਕਈ ਆਪਣੇ ਹੈਗੇ ਨੇ ਜਿਹਨਾਂ ਨੇ ਮੇਰਾ ਚੰਦਰਾ ਸਰਾਏ ਗੀਤਕਾਰ ਮੇਰਾ ਵੀਰ ਉਹਨਾਂ ਦੇ ਲਿਖੇ ਗੀਤ ਗਾਏ ਨੇ ਗਿੱਤੂ ਖੱਖ ਤਾਂ ਅਵਨੀਤ ਚੱਡਾ ਜੀ ਵੀਰ ਸਿੰਘ ਰੰਧਾਵਾ ਆਸਟ੍ਰੇਲੀਆ ਤੋਂ ਉਹਨਾਂ ਦੇ ਗੀਤ ਮੈਂ ਲਿਖੇ ਗਾਏ ਨੇ ਤਾਂ ਮਤਲਬ ਇਸ ਇੰਡਸਟਰੀ ਵਿੱਚ ਕਾਫੀ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਮੇਰੀ ਹੈਲਪ ਕੀਤੀ ਜੀ ਫਿਰ ਜਦੋਂ ਜਿਹੜਾ ਆਪਾਂ ਰੋਗ ਦੀ ਗੱਲ ਕਰ ਰਹੇ ਹਾਂ ਮੈਂ ਉਸ ਬਾਰੇ ਗੱਲ ਕਰਨਾ ਚਾਹੁੰਦਾ ਸੀ ਰੋਗ ਗੀਤ ਦੀ ਵੀਡੀਓ ਬੜੀ ਵਧੀਆ ਬਣੀ ਸੀ ਤਾਂ ਉਹ ਵੀਡੀਓਗ੍ਰਾਫੀ ਕਿਹਨਾਂ ਨੇ ਕੀਤੀ ਸੀ ਉਹ ਵੀਡੀਓਗ੍ਰਾਫਰ ਆਪਣਾ ਸੁੱਖ ਸੰਘੇੜਾ ਜੀ ਨੇ ਬਣਾਈ ਸੀ ਆਪਣੇ ਬਹੁਤ ਫੇਮਸ ਹੈਗੇ ਨੇ ਵੀਡੀਓ ਡਾਇਰੈਕਟਰ ਹਾਂਜੀ 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 ਇੱਥੋਂ ਕੈਨੇਡਾ ਤੋਂ ਹੈਗੇ ਨੇ ਉਹ ਪ੍ਰਦੀਪ ਜੀ ਬਹੁਤ ਮਿਹਨਤ ਨਾਲ ਕੰਮ ਕਰਦੇ ਜਿਹੜੀ ਵੀ ਵੀਡੀਓ ਬਣਾਉਂਦੇ ਨੇ ਤੋ ਵੀਡੀਓ ਦਾ ਪੂਰਾ ਸਿਰਿਆ ਕਰਾਉਂਦੇ ਨੇ ਇੱਕ ਵਾਰੀ ਨਾ ਉਹ ਫਿਰ ਉਹਨਾਂ ਨੇ ਮੇਰੇ ਗੀਤਾਂ ਦੀ ਦੋ ਗੀਤਾਂ ਦੀ ਵੀਡੀਓ ਬਣਾਈ ਉਹਨਾਂ ਨੇ ਇੱਕ ਰੋਗ ਵਾਲਾ ਗਾਣਾ ਸੀ ਅਤੇ ਇੱਕ ਛੱਲਾ ਗਾਣਾ ਸੀ ਅਤੇ ਦੋਨੇ ਵੀਡੀਓ ਮੇਰੀਆਂ ਬਹੁਤ ਫੇਮਸ ਹੋਈਆਂ ਸੀ ਅੱਜ ਤੱਕ ਲੋਕ ਉਹਨਾਂ ਵੀਡੀਓ ਨੂੰ ਵੇਖ ਰਹੇ ਨੇ ਜੀ ਅਤੇ ਫਿਰ ਆਪਾਂ ਜੇ ਰੋਗ ਦੀ ਗੱਲ ਕੀਤੀ ਆ ਇੰਨੀ ਵੀ ਸੁੱਖ ਸੰਘੇੜਾ ਉਹਨਾਂ ਦੀ ਡਾਇਰੈਕਸ਼ਨ ਸੀਗੀ ਅਤੇ ਚਾਰ ਲਾਈਨਾਂ ਜ਼ਰੂਰ ਸੁਣਾਈਏ ਦਰਸ਼ਕਾਂ ਨੂੰ ਵੈਸੇ ਮੈਂ ਇਹਨਾਂ ਗਾਣਿਆਂ ਦੇ ਪੱਖ ਵਿੱਚ ਹੁਣ ਮੈਂ ਇਹਨਾਂ ਦੇ ਗਾਣੇ ਨਹੀਂ ਗਾਉਂਦਾ ਮੈਂ ਸੋਸ਼ਲ ਗਾਣੇ ਜ਼ਿਆਦਾ ਗਾਉਂਦਾ ਜਾਂ ਫੋਕ ਤੁਹਾਡੇ ਕਹਿਣ 'ਤੇ ਅਤੇ ਲੋਕਾਂ ਦੀ ਫਰਮਾਇਸ਼ 'ਤੇ ਮੈਂ ਗੀਤ ਦੋ ਬਸ ਸੁਣਾਉਣਾ ਜੀ ਉਹ ਬਸਤੀ ਦਿਲ ਪੱਥਰਾਂ ਨਾਲ ਲਾਇਆ ਸੀ ਪੱਥਰਾਂ ਨੂੰ ਸੱਜਣ ਬਣਾਇਆ ਸੀ ਬਸਤੀ ਦਿਲ ਪੱਥਰਾਂ ਨਾਲ ਲਾਇਆ ਸੀ ਪੱਥਰਾਂ ਨੂੰ ਸੱਜਣ ਬਣਾਇਆ ਸੀ ਅਸੀਂ ਆਪੇ ਪੀੜਾਂ ਲਈਆਂ ਨੇ ਆਪੇ ਪੀੜਾਂ ਲਈਆਂ ਨੇ ਸਾਡੀ ਜਾਨ ਗਮਾਨ 'ਚ ਪੈ ਗਈ ਨੀ ਮੇਰਾ ਰੋਗ ਬਣ ਕੇ ਰਹਿ ਗਈ ਨੀ ਤੂੰ ਮੇਰਾ ਰੋਗ ਬਣ ਕੇ ਰਹਿ ਗਈ ਨੀ ਉਹ ਅਸੀਂ ਦਿਲ ਪੱਥਰਾਂ ਨਾਲ ਲਾਇਆ ਸੀ ਪੱਥਰਾਂ ਨੂੰ ਸੱਜਣ ਬਣਾਇਆ ਸੀ ਉਹ ਮੇਰੇ ਦਰਦਾਂ ਦਾ ਦਰਿਆ ਬਣ ਗਈ ਇੱਕ ਵੱਖਰਾ ਮੌਤ ਜਿਹਾ ਸਾ ਬਣ ਗਈ ਮੇਰੇ ਦੁੱਖ ਦੀ ਹਰ ਇੱਕ ਰਗ ਰਗ ਵਿੱਚ ਉਸ ਕੁੜੀ ਦੀ ਥਾਂ ਬਣ ਗਈ ਮੈਨੂੰ ਅੱਥਰੂ ਦੇ ਕੇ ਨੈਣਾ ਦੇ ਅੱਥਰੂ ਦੇ ਕੇ ਨੈਣਾ ਦੇ ਮੇਰੇ ਹਾਸੇ ਖੋ ਕੇ ਲੈ ਗਈ ਨੀ ਤੂੰ ਮੇਰਾ ਰੋਗ ਬਣ ਕੇ ਰਹਿ ਗਈ ਨੀ ਤੂੰ ਮੇਰਾ ਰੋਗ ਬਣ ਕੇ ਰਹਿ ਗਈ ਨੀ ਮੇਰਾ ਰੋਗ ਬਣ ਕੇ ਰਹਿ ਗਈ ਉਹ ਅਸੀਂ ਦਿਲ ਪੱਥਰਾਂ ਨਾਲ ਲਾਇਆ ਸੀ ਜੀ ਜੀ ਬਹੁਤ ਖੂਬਸੂਰਤ ਗੀਤ ਆ ਵੀਡੀਓ ਬਹੁਤ ਵਧੀਆ ਜੀ ਅਤੇ ਬੋਲ ਬੜੇ ਵਧੀਆ ਨੇ ਸੋ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਦਰਸ਼ਕਾਂ ਨੂੰ ਜਿੱਦਾਂ ਸੋਸ਼ਲ ਮੀਡੀਆ ਵਾਲੇ 'ਤੇ ਜਿਵੇਂ ਸੋਸ਼ਲ ਸੌਂਗ ਜਿਹੜੇ ਨੇ ਉਹ ਜਿੱਥੇ ਆਪਾਂ ਸੁਣਾਏ ਨੇ ਉਸਦੇ ਜਿਹੜੇ ਕਮਰਸ਼ੀਅਲ ਵੀ ਹੋਏ ਨੇ ਸੌਂਗ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਜੇ ਆਪਾਂ ਸੁਣਾਉਂਦੇ ਹਾਂ ਅਤੇ ਉਹਦੇ ਨਾਲ ਥੋੜ੍ਹਾ ਦਰਸ਼ਕਾਂ ਨੂੰ ਹੋਰ ਜਾਣਕਾਰੀ ਮਿਲਦੀ ਆ ਵੀ ਦਿਲ ਦੀ ਗੱਲ ਜਿਹੜੀ ਪ੍ਰੋਗਰਾਮ ਦਾ ਨਾਂ ਜਿਸ ਤਰ੍ਹਾਂ ਦਿਲ ਦੀਆਂ ਗੱਲਾਂ ਆ ਅਤੇ ਉਸ ਦੇ ਵਿੱਚ ਜਿੰਨੀਆਂ ਵੀ ਦਿਲ ਦੀਆਂ ਗੱਲਾਂ ਨੇ ਸਾਰੀਆਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਬਾਹਰ ਕੱਢੋ ਅੱਜ ਅਤੇ ਤੁਹਾਡੇ ਦਿਲ ਦੀ ਖਾਸ ਗੱਲ ਕੀ ਹੈਗੀ ਆ ਤੁਹਾਡੀ ਸੋਚ ਕੀ ਹੈਗੀ ਆ ਤੁਹਾਡਾ ਸੁਨੇਹਾ ਕੀ ਆ ਸਮਾਜ ਨੂੰ ਉਹ ਜ਼ਰੂਰ ਆਪਾਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਗੱਲ ਹਾਂਜੀ ਸੁਨੇਹਾ ਮੇਰਾ ਜੀ ਮੈਂ ਇਸ ਲਾਇਕ ਨਹੀਂ ਕਿ ਮੈਂ ਸੁਨੇਹਾ ਦਿਆਂ ਪਰ ਇੰਨਾ ਜ਼ਰੂਰ ਹੈ ਜੀ ਆਪਣੀ ਪੂਰੀ ਇਮਾਨਦਾਰੀ ਰੱਖੋ ਕੰਮ ਨੂੰ ਪੂਰਾ ਇਮਾਨਦਾਰੀ ਨਾਲ ਕਰੋ ਪਰਮਾਤਮਾ ਨੂੰ ਯਾਦ ਕਰੋ ਉਸ ਵਾਹਿਗੁਰੂ ਨੂੰ ਜ਼ਰੂਰ ਯਾਦ ਕਰੋ ਅਤੇ ਕਿਸੇ ਦਾ ਦਿਲ ਨਾ ਦਿਖਾਵੋ ਅਤੇ ਆਪਣਾ ਕੰਮ ਬਸ ਇੱਕ ਨੀਅਤ ਨਾਲ ਕਰੋ ਅਤੇ ਪਰਮਾਤਮਾ ਤੁਹਾਡਾ ਜ਼ਰੂਰ ਸਾਥ ਦੇਵੇਗਾ ਅਤੇ ਤੁਹਾਨੂੰ ਕਾਮਯਾਬ ਕਰੇਗਾ ਇਹ ਮੇਰਾ ਸੁਨੇਹਾ ਜੀ ਅਤੇ ਹੁਣ ਆਪਾਂ ਜਾਂਦੇ ਜਾਂਦੇ ਗੀਤ ਇੱਕ ਜ਼ਰੂਰ ਸੁਣਾਵਾਂਗੇ ਦਰਸ਼ਕਾਂ ਨੂੰ ਜਿਹੜਾ ਤੁਹਾਡੇ ਦਿਲ ਨੂੰ ਛੂੰਹਦਾ ਹੋਵੇ ਅਤੇ ਦਰਸ਼ਕਾਂ ਦੇ ਦਿਲ ਨੂੰ ਵੀ ਛੂਹ ਜਾਵੇ ਅਤੇ ਦਿਲ ਦੀ ਗੱਲ ਜਿਹੜੀ ਆ ਦਰਸ਼ਕਾਂ ਤੱਕ ਪਹੁੰਚ ਜਾਵੇ ਹਾਂਜੀ ਉਹ ਮੇਰੇ ਗਾਣੇ ਬਾਹਰ ਸਾਹਿਬ ਕਈ ਮੇਰੇ ਸੌਂਗ ਹੈਗੇ ਨੇ ਮੇਰੇ ਸਾਰੇ ਮੈਨੂੰ ਮੇਰੇ ਗੀਤ ਚੰਗੇ ਲੱਗਦੇ ਨੇ ਮੈਂ ਉਹਨਾਂ ਵਿੱਚ ਤੁਹਾਨੂੰ ਕੋਈ ਇੱਕ ਫੋਕ ਸੌਂਗ ਸੁਣਾ ਨਾ ਜੀ ਸ਼ਾਇਦ ਤੁਸੀਂ ਸੁਣਿਆ ਹੋਵੇ ਉਹ ਗਾਣਾ ਦਿਲ ਵਿੱਚ ਬਹੁਤਾਂ ਨਹੀਂ ਗੁਮਾਨ ਰੱਖੀਦਾ ਚੰਗਾ ਨਹੀਂ ਬਤੀਰਾ ਹੁੰਦਾ ਗੋਖੀਦਾ ਉਹ ਦਿਲ ਵਿੱਚ ਬਹੁਤਾਂ ਨਹੀਂ ਗੁਮਾਨ ਰੱਖੀਦਾ ਚੰਗਾ ਨਹੀਂ ਬਤੀਰਾ ਹੁੰਦਾ ਗੋਖੀਦਾ ਹੁਸਣਾ ਦਾ ਕਰੀਏ ਨਾ ਮਾਰ ਮਿੱਤਰੋ ਚਾਰ ਦਿਨ ਮੇਲਾ ਏ ਜਹਾਨ ਮਿੱਤਰੋ ਚਾਰ ਦਿਨ ਮੇਲਾ ਏ ਜਹਾਨ ਮਿੱਤਰੋ ਚਾਰ ਦਿਨ ਮੇਲਾ ਏ ਜਹਾਨ ਮਿੱਤਰੋ
ਮੇਲਾ ਗੀਤ ਜਿਹੜਾ ਹੈਗਾ ਸੁਣਿਆ ਜੀ ਮੈਂ ਤਾਂ ਮੈਂ ਲਿਸਟ ਦੇ ਵਿੱਚ ਵੀ ਲਿਖਿਆ ਸੀਗਾ ਮੇਲਾ ਗੀਤ ਬਾਰੇ ਕੀ ਗੱਲਬਾਤ ਕਰਾਂਗੇ। ਹਾਂਜੀ ਅਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਦਰਸ਼ਕੋ ਜੇ ਤੁਸੀਂ ਵੀ ਸਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਸਾਡੇ ਨਾਲ ਅੱਜ ਜਿਹੜੇ ਮਹਿਮਾਨ ਸੀਗੇ ਸ਼ਿੰਦਾ ਮੁਲਤਾਨੀ ਜੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਟਾਈਮ ਦੇ ਵਿੱਚ ਟਾਈਮ ਕੱਢ ਕੇ ਇੱਕ ਘੰਟਾ ਤੁਹਾਨੂੰ ਐਂਟਰਟੇਨ ਕੀਤਾ। ਹਾਲਾਂਕਿ ਵਿੱਚ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀ, ਪਰ ਫਿਰ ਵੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਹਿੰਮਤ ਨਹੀਂ ਹਾਰੀ, ਸ਼ੋਅ ਮਸਟ ਗੋ ਔਨ, ਅਤੇ ਪੂਰਾ ਮੁਕੰਮਲ ਕੀਤਾ ਇਹਨਾਂ ਦੀ ਮਿਹਨਤ ਅਤੇ ਤੁਹਾਡੇ ਆਸ਼ੀਰਵਾਦ ਦੇ ਨਾਲ। ਸੋ ਦਰਸ਼ਕੋ, ਜੇ ਤੁਸੀਂ ਵੀ ਸਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਟੈਲੈਂਟ ਹੈ, ਕੋਈ ਮੈਸੇਜ ਹੈ, ਕੋਈ ਵੀ ਬਿਜ਼ਨਸ ਹੈ, ਕੋਈ ਵੀ ਈਵੈਂਟ ਹੈ, ਕੁਛ ਵੀ ਤੁਸੀਂ ਦੁਨੀਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀਗਾ। ਅਤੇ ਸ਼ਿੰਦਾ ਜੀ, ਆਪਣਾ ਜਾਂਦਿਆਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕੱਢਣ ਵਾਸਤੇ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਪ੍ਰੋਗਰਾਮ ਹੋਣਗੇ ਉਹ 'ਚ ਜ਼ਰੂਰ ਆਪਾਂ ਇਕੱਠੇ ਹੋਵਾਂਗੇ। ਸਾਰੀ ਜਸ ਪੰਜਾਬੀ ਟੀਵੀ ਦਾ, ਸਾਰੀ ਟੀਮ ਦਾ, ਸਾਰੇ ਸਰੋਤਿਆਂ ਦਾ, ਅਤੇ ਬੈਨੀ ਸੰਧੂ ਜੀ ਦਾ, ਦੀਪਕ ਧਮਾਨ ਜੀ ਦਾ, ਅਤੇ ਤੁਹਾਡਾ ਨਿਕ ਬਾੜ ਜੀ ਦਾ ਬਹੁਤ ਧੰਨਵਾਦ ਕਰਦਾ ਜੀ। ਮੇਰਾ ਵੀਰ ਰਣਜੀਤ ਭਾਜੀ ਜੋ ਸ਼ੋਲੀ ਕਮੇਡੀਅਨ ਆ, ਤੂੰ ਫੇਮਸ ਨੇ, ਉਹਨਾਂ ਦਾ ਵੀ ਧੰਨਵਾਦ ਜੀ। ਸਾਰਿਆਂ ਦਾ, ਸਾਰੀ ਟੀਮ ਦਾ, ਜਸ ਪੰਜਾਬੀ ਚੈਨਲ ਦਾ ਬਹੁਤ ਧੰਨਵਾਦ ਜੀ। ਜੀ, ਪੈਮੀ ਸੰਧੂ ਜੀ ਹੁਣਾਂ ਦਾ ਵੀ ਧੰਨਵਾਦ ਕਰ ਰਹੇ ਨੇ, ਅਤੇ ਕਿਉਂਕਿ ਜਿਨ੍ਹਾਂ ਦਾ ਇਹ ਬਣਾਇਆ ਹੋਇਆ ਇੱਕ ਸ਼ੁਰੂਆਤ ਕੀਤੀ ਹੋਈ ਆ ਸਾਡੀ ਪੰਜਾਬੀ ਸਮਾਜ ਵਾਸਤੇ ਪੂਰੀ ਦੁਨੀਆਂ ਦੇ ਵਿੱਚ, ਉਹ ਇੱਥੇ ਵਧਾਈਆਂ ਦੇ ਪਾਤਰ ਨੇ ਅਤੇ ਸ਼ੁਕਰੀਏ ਦੇ ਵੀ ਪਾਤਰ ਨੇ। ਸੋ ਦਰਸ਼ਕੋ, ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਜਿਸ ਤਰ੍ਹਾਂ ਮੈਂ ਕਿਹਾ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦੇ ਲਈ ਇੰਨਾ ਹੀ ਕਾਫੀ। ਆਪਣੀ ਸਿਹਤ ਦਾ ਰੱਖੋ ਧਿਆਨ, ਆਸੇ ਪਾਸੇ ਸਫਾਈ ਦਾ ਜ਼ਰੂਰ ਰੱਖੋ ਧਿਆਨ, ਅਤੇ ਲੈਂਦੇ ਹਾਂ ਜੀ ਤੁਹਾਡੇ ਤੋਂ ਇਜਾਜ਼ਤ। ਰੱਬ ਰਾਖਾ।